ਇਸ ਪ੍ਰੋਗਰਾਮ ਨੂੰ ਦੇਖ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਖਾਲਸਾ ਦੀਵਾਨ ਸੁਸਾਇਟੀ, ਜੋ ਕਿ 1906 ਵਿੱਚ ਸਾਡੇ ਬਜ਼ੁਰਗਾਂ ਵੱਲੋਂ ਸਥਾਪਿਤ ਕੀਤੀ ਗਈ ਸੀ, ਉਸ ਦੀਆਂ ਇਲੈਕਸ਼ਨਾਂ ਦੇ ਵਿੱਚ ਭਾਗ ਲੈਣ ਲਈ ਮੈਂ ਇੱਕ ਸਲੇਟ ਰਹੇ ਜਿਹੜੋ 15 ਸੱਜਣਾਂ ਦੀ ਲੈ ਕੇ ਆਏ ਹਾਂ। ਉਹ ਜੋ ਪਿਛਲੇ 1998 ਤੋਂ ਜੋ ਮੌਜੂਦਾ ਆਪਣੇ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਪ੍ਰਬੰਧ ਚਲਾ ਲਈ ਆ, ਉਹਨਾਂ ਦੇ ਵਿੱਚੋਂ ਕੁਛ ਸੱਜਣ ਜਿਹੜੇ ਕਿ ਹਮੇਸ਼ਾ ਵਾਰ ਵਾਰ ਸਲੇਟ ਦੇ ਵਿੱਚ ਦੇਖੇ ਜਾ ਰਹੇ ਹਨ। ਅਸੀਂ ਸੰਗਤਾਂ ਦੇ ਵਿੱਚੋਂ ਇਹ ਸਲੇਟ ਚੁਣ ਕੇ ਸੰਗਤਾਂ ਦੇ ਸਾਹਮਣੇ ਲੈ ਕੇ ਆਉਂਦੀ ਆ। ਇਹਦੇ ਲਈ ਅਸੀਂ ਪ੍ਰਬੰਧ ਜੋ ਹੈ ਉਹਦੇ ਵਿੱਚ ਬਹੁਤ ਹੀ ਖਾਸ ਤਬਦੀਲੀਆਂ ਲੈ ਕੇ ਆਵਾਂਗੇ, ਤਾਂ ਕਿ ਸਾਡੀ ਜਿਹੜੀਆਂ ਆਉਣ ਵਾਲੀਆਂ ਨਸਲਾਂ ਆ ਉਹਨਾਂ ਨੂੰ ਇੱਥੋਂ ਸੇਧ ਮਿਲ ਸਕੇ। ਜੋ ਆਪਣੇ ਕਮਿਊਨਿਟੀ ਦੇ ਵਿੱਚ ਯੰਗ ਨਿਆਣੇ ਜਿਹੜੇ ਹੈਗੇ ਡਰੱਗਸ ਵਗੈਰਾ ਨੂੰ ਜਾ ਰਹੇ ਆ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਗਾਈਡੈਂਸ ਦੇ ਕੇ ਉਹਨਾਂ ਨੂੰ ਆਪਾਂ ਸਹੀ ਟਰੈਕ 'ਤੇ ਲੈ ਕੇ ਆਈਏ। ਅਤੇ ਜੋ ਪ੍ਰਬੰਧ ਇਸ ਟਾਈਮ 'ਤੇ ਪ੍ਰਬੰਧ ਦੇ ਵਿੱਚ ਕਾਫੀ ਪੌਜ਼ ਆਈ ਹੋਈ ਆ, ਅਸੀਂ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਜਥੇ ਆਪਣੇ ਲਿਆ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਕਿ ਇਸ ਜੋ ਸਾਡੀ ਸੰਗਤ ਹੈ ਇਹਨੂੰ ਵੱਧ ਤੋਂ ਵੱਧ ਰੂਬਰੂ ਕਰਾਈਏ ਨਵੇਂ ਜਥਿਆਂ ਦੇ। ਅਤੇ ਹੋਰ ਅਸੀਂ ਕਾਫੀ ਜਿੱਦਾਂ ਐਥਲੈਟਿਕਸ ਦੇ ਵਿੱਚ ਜਾਂ ਸਪੋਰਟਸ ਦੇ ਵਿੱਚ ਜੋ ਸਾਡੇ ਬੱਚੇ ਇਹਨਾਂ ਨੂੰ ਲਿਆ ਕੇ ਇਨਵਾਲਵ ਕਰਾਈਏ, ਅਤੇ ਜੋ ਬਜ਼ੁਰਗ ਹੁਣ ਇਸ ਟਾਈਮ 'ਤੇ ਬਿਰਧ ਅਵਸਥਾ ਦੇ ਵਿੱਚ ਹਨ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਅਸੀਂ ਵਾਅਦਾ ਕਰਦੇ ਹਾਂ। ਅਸੀਂ ਖਾਲਸਾ ਦੀਵਾਨ ਸੁਸਾਇਟੀ ਦੇ ਬਾਉਂਡਰੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਰਹਿੰਦੀਆਂ ਆ, ਅਸੀਂ ਇਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਾਂ ਹੁਣ ਜੋ ਪਿਛਲੇ 25 ਸਾਲ ਤੋਂ ਪ੍ਰਬੰਧ ਚੱਲ ਰਿਹਾ ਹੈ ਉਦੋਂ ਆਪਾਂ ਉਸ ਨੂੰ ਚੇਂਜ ਲਿਆ ਕੇ ਅਸੀਂ ਜਿਹੜੇ ਨਵੀਂ ਸੋਚ ਦੇ ਅਗਾਂਹ ਵਧੂ ਜੋ ਪਰਿਵਾਰਾਂ ਦੇ ਵਿੱਚੋਂ ਜਿਹੜੇ ਮੈਂਬਰ ਲੈ ਕੇ ਆਏ ਹਾਂ, ਅਸੀਂ ਸਾਨੂੰ ਤੁਸੀਂ ਸੇਵਾ ਦਾ ਮੌਕਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।